मम्मी जी ये घ्यो होना सीधी उंगल ना निकलना ये हूँ टेढ़ी करनी पैनी ही मैनू मैं कि कहीं मूँह वाल वेखना ही बिल्कुल के नहीं मेरी गल सुन मैं तो तेरे गल करनी ही कोई अकल न हाथ मार जो तेरा इलाज कराउन डे ना तू गड़ी पढ़ के की करना वा किन्ने पैसे तेरे उन्होंने लाए आ ये मैं मिलन गिलन आए आ कि मैं गल् करन आए आ बस मम्मी का पिंड भी यो हाल तो इतने भी यो हाल चल हाँ तुरे रहो एक दूजे मगर इदा ही मेरिया चिल्ला के दीदी पोता समझ आनी जोत हो गया पता काम बाबा चल हूं हां कर इन्नी बड़ी खुशी है मेनू ते गल सुन मेरी खाने वास्ते ना समान जोगन को मंगवा लीने शहर ते गए ही चाह दे नाल खाना हो जाऊगा तो रोटी ज किन्नी कसर रह गई है तैयार है नहीं तो करावा कोई नाल काम हाँ चल मेरी सियानी बड़ी धी मैं पता कर लेना उन्हें काम सारा है चल मैं फिर होर वेख लैनी हाँ साफ सुथरा कर लैनी है ना कमर में हुण पता नहीं घर हैगे भी है कि नहीं हैगे अपने कोल कोई साधन होवे ते आराम नाल बंदा घरों चढ़ के ते आ जांदा वा बसां दे विच बुरे हाल हो जांदे आ किन्नी ठंड वा हम तेरा मेरा सिर पीड़ करन रिहा हवा पै पै के ओ कोई गल नहीं घरे ही आ मैं गेट खड़काया कोई नहीं आ जांदे आ आखर कमरे रहो गेट ओ अगले भावें रजाइयां च सुते होण ते तुसीं ते चल हुण पता लैण ते आउणा ही पैणा सी धुप लगदी ते आ जांदे किधर दी फसी पई पैणी ठंड विच आउणा धुप लगूगी ते फिर ओ ता पता नहीं लैणा कुड़ी दा चल चंगा होया आ गए जे ना बड़ी वधिया गल कीती आ ਹੋਰ ਭਾਅ ਜੀ ਸੁਣਾਓ ਸਭ ਠੀਕ ਠਾਕ ਠੀਕ ਆ ਜੀ ਕਿਰਪਾ ਜੀ ਪਰਿਵਾਰ ਹਾਂ ਸਭ ਵਧੀਆ ਵਾ ਚਲੋ ਵਧੀਆ ਚਾਹੀਦਾ ਹਾਂ ਤੁਸੀਂ ਸੁਣਾਓ ਬਸ ਵਧੀਆ ਕਿੱਥੇ ਗਏ ਜੋਬ ਬਣਾਉਣੀ ਉਹ ਸ਼ਹਿਰ ਗਏ ਸੀਗੇ ਅੱਛਾ ਉਹਨਾਂ ਨੂੰ ਮੈਂ ਕਿਹਾ ਤੁਹਾਡਾ ਪਤਾ ਹੀ ਨਹੀਂ ਗਾ ਵੀ ਆਉਣ ਵੱਲੋਂ ਅੱਛਾ ਬਾਅਦ ਹੀ ਤੁਹਾਡਾ ਗੱਲ ਹੋਈ ਫੋਨ 'ਤੇ ਠੀਕ ਠੀਕ ਆ ਅਤੇ ਆਉਣ ਹੀ ਵਾਲੇ ਆ ਬਸ ਆ ਜਾਂਦੇ ਆ ਠੀਕ ਫੋਨ ਕੀਤਾ ਸੀ ਅੱਛਾ ਅੱਛਾ ਆ ਜਾਂਦੇ ਹੋਰ ਕਾਰੋਬਾਰ ਠੀਕ ਠਾਕ ਹਾਂ ਜੀ ਕਿਰਪਾ ਜੀ ਸਭ ਵਧੀਆ ਜੀ ਚਲੋ ਵਧੀਆ ਚਾਹੀਦਾ ਆ ਜਾਓ ਭੈਣ ਜੀ ਠੰਡ ਬੜੀ ਇੱਥੇ ਰਜਾਈ ਚ ਆ ਜਾਓ ਆਪ ਰੋ ਜਾਓ ਹੋ ਜਾਓ ਤੁਸੀਂ ਉੱਪਰ ਨਹੀਂ ਨਹੀਂ ਬੈਠੋ ਤੁਸੀਂ ਕੋਈ ਗੱਲ ਨਹੀਂ ਭੈਣ ਜੀ ਆਉਣਾ ਆਉਣਾ ਕੀ ਆ ਬਾਹਰ ਤਾਂ ਠੰਡ ਹੀ ਬੜੀ ਆ ਅਤੇ ਧੁੰਦ ਸਾਰਾ ਸਾਰਾ ਦਿਨ ਨਹੀਂ ਲੱਥਦੀ ਸਹੀ ਗੱਲ ਤੁਹਾਡੀ ਭੈਣ ਜੀ ਹਾਂਜੀ ਅਤੇ ਇਹ ਕਹਿੰਦੇ ਸੀ ਜੋਤ ਦਾ ਪਤਾ ਲੈਣ ਜਾਣਾ ਵਾ ਅੱਛਾ ਅਤੇ ਫਿਰ ਤੁਹਾਨੂੰ ਪਤਾ ਹੀ ਆ ਜਿੱਥੇ ਜਾਣਾ ਹੋਵੇ ਉੱਥੇ ਜਾਣਾ ਵੀ ਪੈਂਦਾ ਵਾ ਹਾਂਜੀ ਹਾਂਜੀ ਇਹ ਤਾਂ ਗੱਲ ਤੁਹਾਡੀ ਸਹੀ ਆ
ਬਾਕੀ ਭੈਣ ਜੀ ਬਚਾ ਜੇ ਨਾ ਆਪਣਾ ਆਪ ਹੀ ਕਰ ਲਓ ਤੇ ਕਰ ਲਓ। ਹਾਂਜੀ ਅੱਗੋਂ ਚੀਜ਼ਾਂ ਇੰਨੀਆਂ ਤੇਜ਼ ਆਉਂਦੀਆਂ ਨੇ ਨਾ ਪਤਾ ਨਹੀਂ ਲੱਗਦਾ ਹੈ ਨਾ ਅੱਜ ਕੱਲ੍ਹ ਕਿੱਦਾਂ ਦਾ ਮਾਹੌਲ ਆ। ਭੈਣ ਜੀ ਬੜਾ ਹੀ ਨਾ ਰੋਡ 'ਤੇ ਐਕਸੀਡੈਂਟ ਹੁੰਦੇ ਆ, ਡਰ ਹੀ ਬੜਾ ਲੱਗਦਾ ਆ। ਉਹੀ ਤਾਂ ਗੱਲ ਆ, ਮੈਂ ਵੀ ਭੈਣ ਜੀ ਇਹਨਾਂ ਨੂੰ ਕਹਿਣ ਰਹੀ ਹਾਂ ਵੀ ਮਾੜੀ ਮੋਟੀ ਕੋਈ ਗੱਡੀ ਲੱਭ ਲਓ, ਇੱਦਾਂ ਜਾਣਾ ਆਉਣਾ ਪਵੇ ਨਾ ਫਿਰ ਬੜਾ ਮੁਸ਼ਕਲ ਹੁੰਦਾ ਬੱਸਾਂ ਦੇ ਵਿੱਚ। ਆਪਣੀ ਚੀਜ਼ ਹੋਵੇ ਤਾਂ ਘਰੋਂ ਬਹਿ ਕੇ ਬੰਦਾ ਚੱਲ ਜਾਂਦਾ ਵਾ। ਹਾਂਜੀ ਹਾਂਜੀ ਤੇ ਤੁਹਾਨੂੰ ਪਤਾ ਹੀ ਆ, ਹੁਣ ਧੀਆਂ ਪੁੱਤਾਂ ਕੋਲ ਜਾਣਾ ਤਾਂ ਪੈਂਦਾ ਹੀ ਆ। ਹਾਂਜੀ ਹਾਂਜੀ ਆਪਣੇ ਸਾਧਨ ਨਾਲ ਦੀ ਰੀਸ ਨਹੀਂ ਭੈਣ ਜੀ। ਹਾਂਜੀ ਹਾਂਜੀ ਜ਼ਰੂਰ ਹੋਣਾ ਚਾਹੀਦਾ ਆਪਣੇ ਕੋਲ। ਇਹ ਆ ਵੀ ਚਲੋ ਘਰੋਂ ਬੈਠੇ ਤੇ ਘਰ ਹੀ ਜਾ ਕੇ ਮੁੜ ਕੇ ਉਤਰ ਗਏ। ਉਹੀ ਗੱਲ ਆ, ਮੈਂ ਤਾਂ ਕਹਿੰਦੀ ਹੀ ਰਹਿੰਦੀ ਇਹਨਾਂ ਦਾ ਹੋਰ ਹੋਰ ਕੰਮ ਹੀ ਨਹੀਂ ਭੈਣ ਜੀ ਮੁੱਕਦੇ। ਠੀਕ ਠੀਕ ਲਓ ਭੈਣ ਜੀ ਪਾਣੀ। ਜੋਤ ਪੁੱਤ ਤੂੰ ਠੀਕ ਆ ਹੁਣ? ਚਲੋ ਭੈਣ ਜੀ ਇੰਨਾ ਕੁ ਹੰਗਾਰਾ ਭਰਨ ਡੈ ਪਈ ਆ, ਆਪਣੇ ਦਿਲ ਦੀ ਕੋਈ ਗੱਲ ਤੇ ਦੱਸੂਗੀ। ਹਾਂਜੀ ਭੈਣ ਜੀ ਬਿਲਕੁਲ ਸਹੀ ਗੱਲ ਆ। ਏਦਾਂ ਕੀਤਾ ਨਿਆਣੀ ਦੇ ਦਿਲ ਚ ਕਿੰਨੀਆਂ ਕੁ ਗੱਲਾਂ ਵਾ। ਪੁੱਤ ਚੱਲ ਚਾਹ ਬਣਾ ਕੇ ਲਿਆਓ। ਭੈਣ ਜੀ ਰੁਪਿੰਦਰ ਲਵਲੀ ਕੋਈ ਵੀ ਨਹੀਂ ਲੱਭਣ ਡਿਆ, ਕਿੱਥੇ ਗਏ ਬੱਚੇ? ਭੈਣ ਜੀ ਨਿਆਣੇ ਜਰਾ ਨਾ ਸ਼ਹਿਰ ਗਏ ਆ, ਛੁੱਟੀ ਸੀ ਇਹਨਾਂ ਨੇ ਤਾਂ ਮੈਂ ਜਾ ਫਿਰ ਤੋਂ ਰਹੋ। ਅੱਛਾ ਅੱਛਾ ਠੀਕ ਆ। ਤੇ ਜੋਤ ਨਹੀਂ ਨਾਲ ਗਈ? ਜੋਤ ਤਾਂ ਭੈਣ ਜੀ ਫਿਰ ਇਹ ਵੀ ਚਲੋ ਸਟੱਡੀ ਵੀ ਨੇ ਕਰਨੀ ਤਾਂ ਆ ਗਏ ਫਿਰ ਘਰ ਰਹਿ ਪਈ। ਚਲੋ ਇਹ ਵੀ ਨਾਲ ਭੇਜ ਦਿਆ ਕਰੋ, ਫਿਰ ਨਿਆਣੇ ਦਾ ਮਨ ਹੋਰ ਹੋਰ ਹੋ ਜਾਂਦਾ ਵਾ। ਨਾ ਨਾ ਭੈਣ ਜੀ ਮੈਂ ਕਿਹਾ ਸੀ ਉਹ ਫਿਰ ਆਪੇ ਉਹਨੇ ਮਨਾ ਕਰ ਦਿੱਤਾ ਇਹਨਾਂ ਨੂੰ ਲਵਲੀ ਨੂੰ, ਨਹੀਂ ਤੁਸੀਂ ਚੱਲ ਜਾਓ। ਅੱਛਾ ਅੱਛਾ ਹਾਂਜੀ ਹਾਂਜੀ ਰੁਪਿੰਦਰ ਤਾਂ ਨਾਲ ਹੀ ਗਈ ਆ, ਆਉਣ ਹੀ ਵਾਲੇ ਹੋਣੇ ਆ। ਸ਼ਹਿਰ ਕੋਈ ਕੰਮ ਸੀ? ਸ਼ਹਿਰ ਮੀ ਕੰਮ ਦੇ ਕੋਈ ਵੀ ਨਹੀਂ ਸੀ, ਉਦਾਂ ਹੀ ਗਏ ਘੁੰਮਣ ਫਿਰਨ। ਮੈਂ ਚੱਲ ਕਿੰਨੇ ਦਿਨ ਹੋ ਗਏ, ਕਦੇ ਘਰ ਦੀ ਟੈਨਸ਼ਨ ਨੇ ਨਾ ਦਿਮਾਗ ਖਰਾਬ ਕਰਕੇ ਰੱਖਿਆ ਸੀ। ਤੇ ਜੋਤ ਨੂੰ ਨਹੀਂ ਖੜਿਆ ਨਾਲ? ਜੋਤ ਨੂੰ ਖੜਨਾ ਅੰਮੀ ਨਾਲ। ਹਾਂ ਐਵੇਂ ਜਾਵੇ ਉੱਥੇ ਵੀ ਨਾ ਇਹਨੇ ਕੁਛ ਬੋਲਣਾ ਨਾ ਕੁਛ ਹੋਰ, ਚੁੱਪ ਕਰਕੇ ਇਹਨੇ ਉੱਥੇ ਲੱਗੇ ਖਲੋਤੀ ਰਹਿਣਾ ਸੀ। ਜੇ ਕੋਈ ਪੁੱਛੋ ਬੜੀ ਹੂੰ ਹਾਂ ਕਰੀ ਜਾਂਦੀ ਰਹਿੰਦੀ, ਮੈਂ ਤੂੰ ਰੋਹ ਤੂੰ ਕਰੀ। ਚੱਲ ਚੰਗਾ ਕੀਤਾ ਤੂੰ। ਤੇ ਨਾਲੇ ਮੰਮੀ ਤੁਹਾਨੂੰ ਇੱਕ ਗੱਲ ਹੋਰ ਦੱਸਾਂ, ਜਿਹੜੇ ਉਹ ਮੈਸੇਜ ਕੀਤੇ ਸੀ ਨਾ ਆਪਾਂ, ਉਹ ਮੈਂ ਜੋਬਨਵੀਰ ਨੂੰ ਦੱਸਦੀ ਆ। ਅੱਛਾ ਆਹੋ ਫਿਰ ਇਹ ਆ ਵੀ ਜੋਬਨਵੀਰ ਜੀ ਨੂੰ ਨਾ ਥੋੜ੍ਹਾ ਬਹੁਤ ਅਸਰ ਹੋ ਗਿਆ ਉਹਨਾਂ ਗੱਲਾਂ ਦਾ। ਅੱਛਾ ਅੱਛਾ ਉਹਨਾਂ ਦੇ ਮੰਨਣ ਵਿੱਚ ਆ ਗਈ ਆ। ਜਦੋਂ ਸਵੇਰੇ ਗਏ ਨਾ ਪੁੱਛਣ, ਤੇ ਮੈਨੂੰ ਲਵਲੀ ਕਹਿੰਦੇ ਸੀ ਕਿ ਚੱਲ ਜਾ ਪੁੱਛ ਕੇ, ਉਹਨਾਂ ਨੇ ਕਿਹਾ ਜਾਣਾ ਸ਼ਹਿਰ। ਤੇ ਮੈਂ ਜੋਤ ਨੂੰ, ਚੱਲ ਮੈਂ ਹੁਣ ਉਹਨਾਂ ਸਾਹਮਣੇ ਚੰਗੀ ਬਣਨਾ ਸੀ, ਮੈਂ ਹੁਣ ਥੋੜ੍ਹੀ ਮਾੜੀ ਥੋੜ੍ਹਾ ਬਣ ਜਾਣਾ ਜੋਬਨਵੀਰ ਦੇ ਸਾਹਮਣੇ। ਮੈਂ ਖੜਿਆ ਤੇ ਜੋਬਨਵੀਰ ਕਹਿੰਦਾ ਇਹਨੂੰ ਇਹ ਨਾਲ ਜਾ ਕਰਨਾ ਵਾ, ਇਹਨੂੰ ਰਹਿਣ ਦਿਓ ਘਰੋਂ ਤੇ ਆਪਾਂ ਤਿੰਨੇ ਜਣੇ ਚੱਲ ਜਾਂਦੇ ਹਾਂ। ਅੱਛਾ ਮੈਂ ਜੀ ਆਪਦਾ ਅਸਰ ਹੋ ਗਿਆ, ਥੋੜ੍ਹਾ ਬਹੁਤ ਸਮਝਣ ਵਿੱਚ ਗੱਲ ਆ ਗਈ ਆ। ਆ ਗਈ ਸਮਝਣ ਵਿੱਚ, ਤੂੰ ਪੱਕੇ ਹੀ ਹੱਥ ਪਾਏ ਆ ਫਿਰ। ਉਹੋ ਹੀ ਨਾ, ਮੰਮੀ ਜੀ ਨੇ ਮੈਨੂੰ ਹਰ ਗੱਲ ਤੇ ਪਛਾਣ ਕੀਤਾ ਸੀ। ਕੋਈ ਗੱਲ ਘਰ ਦੇ ਵਿੱਚ ਇਹਨੇ ਮੇਰੀ ਇੰਨੀ ਕਦਰ ਘਟਾ ਦਿੱਤੀ ਸੀ ਨਾ ਕਿ ਜਿਹੜਾ ਕੋਈ ਨਾ ਹੀ ਨਹੀਂ ਆ, ਹਰ ਥਾਂ ਤੇ ਜੋਤ, ਹਰ ਥਾਂ ਤੇ ਜੋਤ। ਰੁਪਿੰਦਰ ਦਾ ਤਾਂ ਘਰ ਦੇ ਵਿੱਚ ਨਾ ਹੀ ਹੈ ਨਹੀਂ, ਇਹ ਵੀ ਘਰ ਦੇ ਵਿੱਚ ਨਹੂੰ ਆ ਸਾਡੀ। ਆਹ ਤੂੰ ਤਾਂ ਕੁਛ ਨਾ ਕੁਛ ਕਰਨਾ ਹੀ, ਮੈਂ ਤਾਂ ਫਿਰ ਕੁਛ ਨਾ ਕੁਛ ਕਰਨਾ। ਆਹੋ ਠੀਕ ਆ, ਹੁਣ ਨੌਵਾਂ ਤੇ ਦੋਵੇਂ ਤੁਸੀਂ ਬਰਾਬਰ ਜੇ ਨਾ। ਉਹੀ ਨਾ, ਹੁਣ ਇੱਕ ਉਹਨੂੰ ਪੁੱਛੀ ਜਾਣ ਵੀ ਕੰਮ ਕਿੱਦਾਂ ਕਰਨਾ ਵਾ, ਰੋਟੀ ਦਾ ਕਰਨਾ, ਤੇ ਤੈਨੂੰ ਪੁੱਛੇ ਨਾ ਵੀ ਗੁੱਸਾ ਤਾਂ ਮਨ ਚ ਆਉਂਦਾ ਹੀ ਆ। ਇੱਕ ਨਾਲੇ ਅੰਮੀ ਜੀ ਵੇਖੋ, ਇੱਕ ਲਾਗੇ ਬੰਦਾ ਚੰਗਾ ਭਲਾ, ਤੇ ਦੂਜਾ ਲਾਗੇ ਕਦੀ ਕੋਈ ਪੈਸੇ ਲਵਾਏ, ਕਿੰਨੇ ਪੈਸੇ ਲਵਾਏ ਇਹਨੇ ਉੱਤੇ, ਉਹ ਫਿਰ ਚੰਗੀ ਭਲੀ। ਆਹੋ ਜਿਉਂ ਜਿਹੜੀ ਘਰ ਦੇ ਵਿੱਚ ਇੰਨਾ ਕੰਮ ਕਰਦੀ ਆ, ਸਭ ਕੁਛ ਕਰਨ ਦੀ ਆ, ਉਹਦੀ ਕੋਈ ਘਰ ਦੇ ਵਿੱਚ ਕਦਰ ਹੀ ਹੈ ਨਹੀਂ। ਉਹੀ ਮੈਂ ਇਹ ਕੰਮ ਇੱਦਾਂ ਨਹੀਂ ਗਾ ਵਾਰਾ ਖਾਣਾ। ਮੰਮੀ ਜੀ ਇਹ ਘਿਓ ਹੋਣਾ ਸਿੱਧੀ ਉਂਗਲ ਨਾਲ ਨਿਕਲਣਾ, ਇਹ ਹੁਣ ਟੇਢੀ ਕਰਨੀ ਪੈਣੀ ਸੀ ਮੈਨੂੰ, ਮੈਂ ਕਿੰਨਾ ਕਿਤੇ ਮੂੰਹ ਵੱਲ ਵੇਖਣਾ ਸੀ। ਬਿਲਕੁਲ ਕੇ ਚੱਲ ਤੂੰ ਚੰਗਾ ਕੀਤਾ ਹੀ ਹੁੰਦੀ ਏ, ਜਿਉਂ ਆਈ ਆ ਪੈਸੇ ਲਵਾਉਣ ਡੇ ਉਦੋਂ ਦੇ। ਉਹ ਹੀ ਨਾ, ਤੇ ਨਾਲੇ ਮੰਮੀ ਜੀ ਮੇਰੀ ਸੁਣੋ ਗੱਲ, ਇਹਨੂੰ ਹੁਣ ਥੋੜ੍ਹਾ ਬਹੁਤਾ ਨਾ ਸਮਝਾ ਕੇ ਜਾਇਓ ਤੁਸੀਂ, ਕੀ ਪਤਾ ਤੁਹਾਡਾ ਕਹਿਣਾ ਮੰਨ ਹੀ ਲਵੇ। ਚੱਲ ਕੋਈ ਗੱਲ ਨਹੀਂ, ਮੈਂ ਵਹਿੰਦੀ ਹਾਂ, ਜੇ ਤੇ ਰਸੋਈ ਵਿੱਚ ਇਕੱਲੀ ਹੋਊ ਨਾ ਫਿਰ ਮੈਂ ਕਹਿੰਦੀ ਹਾਂ। ਹੁਣ ਮੈਨੂੰ ਵੀ ਸ਼ਰਮ ਆਉਂਦੀ ਆ ਵੀ ਤੇਰੀ ਸੱਸ ਦੇ ਹੁੰਦਿਆਂ ਮੈਂ ਕੀ ਕਹਾਂ, ਕਹੂਗੀ ਵੀ ਮਾਂ ਆਈ ਤਾਂ ਆਹ ਗੱਲਾਂ ਕਰਦੀ ਆ। ਉਹ ਮੇਰੀ ਸੁਣੋ ਗੱਲ, ਹੁਣ ਵੇਖੋ ਹੁਣ ਜਿੱਦਾਂ ਪੜ੍ਹਦੇ ਪੈ ਗਈ ਆ, ਜੇ ਇਹਨੇ ਪੜ੍ਹ ਲਿਆ ਪੜ੍ਹ ਇਹਨੇ ਲੈਣਾ ਮੈਨੂੰ ਪਤਾ ਹੋਵੇਗਾ, ਤੇ ਜੇ ਕਿਤੇ ਨੌਕਰੀ ਨੌਕਰੀ ਤਾਂ ਲੱਗ ਗਈ ਤੇ ਇਹਨੇ ਤਾਂ ਮੇਰੀ ਕਦਰ ਹੋਰ ਘਟਾ ਦੇਣੀ ਹੈ, ਘੱਟ ਜਾਣੀ ਹੈ ਕਿ ਜਿਹੜੀ ਮਾੜੀ ਮੋਟੀ ਹੈਗੀ ਉਹ ਵੀ ਜਾਂਦੀ ਰਹਿਣਾ ਵਾ। ਨਾਲ ਇੱਥੋਂ ਹੀ ਪੈਸੇ ਲਵਾ ਕੇ ਤਗਲੀ ਨੇ ਨੌਕਰੀ ਤਾਂ ਲੱਗ ਜਾਣਾ, ਲੱਗ ਜਾਣਾ ਤੇਰੇ ਹੱਥ ਪੱਲੇ ਕੁਝ ਵੀ ਨਹੀਂ ਲੱਗਣਾ। ਹੋਈ ਨਾ ਸਗੋਂ ਇਹਨੇ ਬਣ ਜਾਣਾ ਵਾ ਘਰ ਦੇ ਵਿੱਚ ਵੀ ਮੈਂ ਹੁਣ ਲੈ ਵੀ ਨੌਕਰੀ ਕਰਨ ਦੀ ਮੇਰੇ ਮਗਰ ਮਗਰ ਤੁਰੇ ਫਿਰ। ਅੱਗੇ ਤਾਂ ਜੋਤ ਜੋਤ ਕਰਦੇ ਹੀ ਹੈ ਨਾ, ਮੁੜ ਕੇ ਬਿਲਕੁਲ ਰਾਜ ਉਹਦਾ ਹੋ ਜਾਣਾ, ਤੈਨੂੰ ਨਹੀਂ ਉਹ ਕਿਸੇ ਨੇ ਪੁੱਛਣਾ।
सही गल मम्मी कोई नहीं पर तुम इदा करो हौली जी जाओ जो मम्मी इधर उधर हो गए ना तो उन्होंने गलबात करो भी पोते वाला काम ना कर भी तेरे किन्ने पैसे अगे लगे आ कोई नहीं मैं समझा इदा तेरी कदर घर घट रही है वधनी नहीं आ थोड़ा बहुत समझा के जाए फिर असर हो ही जाए कोई नहीं तू फिक्र ना कर मैं सारी गल करके जाऊंगी ओह भी हूँ जिदा हूँ सारे तो पछा होंगे जाते हैं तो फिर जो बिल्कुल हो गए तो फिर यह करूगी फिर तुरी फिरू कली के आ कोई नहीं गल करो तुम माड़ी जी कोई नहीं मैं कर दी हाँ नहीं मेरी गल सुन मैं तो तेरे ना गल करनी ही कोई अकल नू हाथ मार जो तेरा इलाज कराउन डे आ ना तू गड़ी पढ़ के की करना वा किन्ने पैसे तेरे ते उन्होंने लाए आ ते सारा टब्बर तेरे ते बड़ा औखा ही तेरे नालों पिछे हुंदा जान डिया ही तो कोई काम चज दा कर ला पढ़ना वा गड़ी तू अफसर लगना वा पढ़ के घर बार वेख किड्डा वधिया तेनू लभता वा ते आराम दे नाल रोटी पानी बना ते काम कर पढ़ाई च कुछ नहीं रखिया ओ वेखला तेरी जठानी बड़ी तंगी है उन्हें तेरा जीना हराम कर देना ही इत्थे कोई अकल नू हाथ मार पुत मैं तेरी माँ वा मैनू फिर भी दुख आउंदा तेरा ते तेनू समझाउणा पैंदा वा की करां पढ़ाई दे काम छड्डते वेखला अज तिन्ने जाने शहर चल गए तेनू नाल लैके नहीं गए जोबन तेरे तो बिना हिलदा नहीं हुंदा उन्हां दीआं गल्लां विच आ गई ओह भी उन्हें भी तेनू पुछिया नहीं ओह करना ते की करेंगी फिर तू आई समझ कुछ कि नहीं कह मैं नहीं पढ़ना पोता अपने घर दे काम करी देंदे आ मैनू लामा देणगे ते तेरे प्यो नू ते तेरे ते बड़ियां आसां ही भी मेरी धी बड़ी चंगी आ ते जे लामा इत्थों मिले ते फिर ओह की करूगा ठीक आ ना हुण मेरी गल जिहड़ी आ ना दिमाग च बहा ला पढ़ाई दा जिहड़ा भूत वा कढ दे ते अपने घर वल ध्यान कर चल लै आ चा तेरी सस वेंदी हुणी भी मां अंदर चल गई पता नहीं की गल्लां डई करन ये मैनू मिलन गिलन आए आ कि मैनू गल्ला करन आए आ दस मम्मी दा पिंड भी इहो हाल ते इत्थे भी इहो हाल जे हुण मैनू मौका मिलिया ही आ मेरी किस्मत दे नाल ते मैं अगे ना वधां मम्मी ने ते कहना ही पर ये सारियां गल्लां ना मम्मी नू रुपिंदर दीदी ने ही आखियां वा भी तुसीं कहो हो सकदा तुहाडे अखी लग जाए नहीं जोबन फिर अहीं मारांगे चक्कर मेरी गल सुन जरा खलो के मां तेरी तेन समझा के गई होनी आ थोड़ा बहुत असर होया वा कि नहीं होया बोलदी नहीं कुछ पढ़ने वाले भी तेन फिर नहीं लगी हले तेन अपनी मां के कहने से ओदे तेनू आखे लगन थे कितने लगना वा तेन मसा नहीं आती कि मम्मी मेरी आह वाली गल कह के गई तो मैं नहीं वाला काम करना पन्नी कि दिमाग तेरा मैं तो समझ नहीं आती जड़ी गल कहनी जान बुझ के करनी है तू चल जा हूँ अंदर पन्नी कितने दिमाग चलता रहा वा हले पढ़ने वालों खुद आप हो आके गए आ तू ये वाला काम नहीं करना फिर हूं हूं करके तो गांह गई है रुपिंदर हाँ जी मैं बैठी मेरी गल सुन हाँ जी इन्ना टाइम लाए शहर की कोई खरीदन डे पे नहीं नहीं मैं टाइम कितों लाया जो छे छे दी आए हैं उतों
ਮੇਰੀ ਗੱਲ ਸੁਣ, ਮਗਰ ਤੁਹਾਨੂੰ ਫੋਨ ਵੀ ਕੀਤਾ ਵੀ ਘਰ ਪ੍ਰਾਹੁਣੇ ਆਉਣੇ, ਛੇਤੀ ਆ ਜਾਓ, ਤੇ ਤੁਸੀਂ ਮੁੜ ਕੇ ਫੋਨ 'ਤੇ ਵੀ ਨਹੀਂ ਗੌਰ ਕੀਤਾ ਵੀ ਘਰ ਚੱਲ ਜਾਈਏ ਸੱਦਣ ਡੇ ਸਾਨੂੰ। ਮੰਮੀ ਅਸੀਂ ਤਾਂ ਜਦੋਂ ਛੇਤੀ ਪਾਈ ਸੀ ਉੱਥੋਂ, ਪਰ ਸਾਨੂੰ ਇੰਨਾ ਥੋੜ੍ਹਾ ਪਤਾ ਵੀ ਘਰੇ ਪ੍ਰਾਹੁਣੇ ਆਏ ਆ, ਨਾਲੇ ਸਾਨੂੰ ਕਿਹੜਾ ਦੱਸਿਆ ਸੀ ਪਹਿਲਾਂ। ਚਲੋ ਸਾਨੂੰ ਤਾਂ ਨਹੀਂ, ਅਤੇ ਜੁਬਨਵੀਰ ਨੂੰ ਨਹੀਂ ਪਤਾ ਵੀ ਆਉਣਾ ਪ੍ਰਾਹੁਣਿਆਂ ਦੇ ਘਰੇ। ਗੱਲ ਸੁਣ ਮੇਰੀ, ਪਤਾ ਨਹੀਂ ਮੈਨੂੰ ਜੁਬਨ ਨੂੰ ਪਤਾ ਹੈ ਕਿ ਨਹੀਂ ਪਤਾ, ਪਰ ਇੱਕ ਗੱਲ ਦੱਸ ਮੈਨੂੰ, ਪਤਾ ਤੁਸੀਂ ਜੋਤ ਨੂੰ ਕਿਉਂ ਨਹੀਂ ਨਾਲ ਲੈ ਗਏ? ਉਹਨੂੰ ਵੀ ਨਾਲ ਲੈ ਜਾਂਦੇ, ਤੁਹਾਡੇ ਮਗਰੋਂ ਮਨ ਭਰਨ ਡਈ ਸੀ। ਨਹੀਂ, ਜੋਤ ਨੂੰ ਤੁਸੀਂ ਆਖਿਆ ਸੀ ਅਤੇ ਉਹ ਆਪ ਹੀ ਨਹੀਂ ਗਈ ਨਾਲ। ਕਿੰਨਾ ਮਨ ਭਰਨ ਡਈ ਸੀ, ਮੈਂ ਕਿਹਾ ਪਤਾ ਨਹੀਂ ਕੀ ਗੱਲ ਹੋ ਗਈ ਇਹਨੂੰ, ਨਾ ਕੋਈ ਗੱਲ ਹੁਣ ਦੱਸੇ ਮੈਨੂੰ ਤਾਂ ਪਤਾ ਲੱਗੇ, ਮਹਾਂ ਮੈਂ ਚੁੱਪ ਕਰਾਇਆ ਇਹਨੂੰ। ਮੰਮੀ ਜੀ ਮੇਰੀ ਸੁਣੋ ਗੱਲ, ਜਿਹੜੇ ਜੋਤ ਨੂੰ ਪੜ੍ਹਾਉਣ ਵਾਲੀਆਂ ਸਕੀਮਾਂ ਸੀ ਨਾ, ਪੜ੍ਹਾਉਣ ਤਾਂ ਦਏ ਆ ਚਲੋ ਉਹਨੂੰ, ਠੀਕ ਵਾ ਨਾ, ਪਰ ਜੁਬਨਵੀਰ ਵੀ ਨਾ ਬੱਜੇ ਰੁੱਝੇ ਡਏ ਵਾਲਾ ਕੰਮ। ਕਿਉਂ? ਉਹ ਬੱਜੇ ਰੁੱਝੇ ਵਾਲਾ ਕੰਮ ਕਰਨ ਦੇ ਆ, ਹੁਣ ਮੈਨੂੰ ਇੰਨਾ ਨਹੀਂ ਗਾ ਪਤਾ ਵੀ ਗੱਲ ਕੀ ਆ ਅਤੇ ਕੀ ਨਹੀਂ ਆ। ਇਹ ਹੁਣ ਚਾਹੇ ਤੁਸੀਂ ਜੋਤ ਨੂੰ ਪੁੱਛ ਲਓ ਅਤੇ ਚਾਹੇ ਜੁਬਨਵੀਰ ਨੂੰ ਪੁੱਛ ਲਓ, ਮੈਨੂੰ ਇਹ ਗੱਲ ਦਾ ਕੋਈ ਨਹੀਂ ਜੇ ਪਤਾ। ਨਹੀਂ ਤਾਂ ਮੈਨੂੰ ਤਾਂ ਪਤਾ ਨਹੀਂ ਗਾ ਕੀ ਹੋਣ ਡਿਆ ਕੀ ਨਹੀਂ, ਹੈ ਕਿਸੇ ਗੱਲ ਦਾ ਨਹੀਂ ਪਤਾ ਜੇ। ਤੁਸੀਂ ਉਹ ਉਹਨੂੰ ਮੈਂ ਉੱਦਾਂ ਕਿਹਾ ਤਾਂ ਮੈਂ ਵੀ ਤੂੰ ਪੜ੍ਹਨਾ ਸੀ ਪੁੱਤ, ਤਾਂ ਕਰਕੇ ਰਹਿ ਪਈ ਘਰ। ਮੰਮੀ ਜੀ ਮੇਰੀ ਸੁਣੋ ਗੱਲ, ਅਸੀਂ ਜੋ ਸਵੇਰੇ ਚੱਲੇ ਆ ਨਾ ਸ਼ਹਿਰ, ਅਸੀਂ ਮੈਂ ਇਹਨਾਂ ਨੂੰ ਪੁੱਛਣ ਗਈ ਸੀ। ਪਹਿਲਾਂ ਮੈਂ ਜੋਤ ਨੂੰ ਪੁੱਛਿਆ ਵੀ ਜੋ ਸ਼ਹਿਰ ਜਾਣਾ, ਕਹਿੰਦੀ ਜਾਣਾ ਆ। ਅੱਛਾ। ਅਤੇ ਮੁੜ ਕੇ ਗਈ ਜੁਬਨਵੀਰ ਜੀ ਕੋਲ, ਅਤੇ ਜੋਤ ਵੀ ਚਲੋ ਮੇਰੇ ਨਾਲ ਹੀ ਗਈ ਉੱਥੇ। ਅੱਛਾ। ਅਤੇ ਜੁਬਨਵੀਰ ਜੀ ਕਹਿੰਦੇ ਵੀ ਨਹੀਂ ਇਹਨੂੰ ਨਹੀਂ ਖੜਨਾ ਨਾਲ। ਜੋਬਨ ਗਈ? ਮੈਂ ਤਾਂ ਖੁਦ ਗਈ ਵੀ ਚਲੋ ਚਲੋ ਨਾਲ ਲੈ ਜਾਂਦੇ ਹਾਂ, ਅਤੇ ਚੱਲ ਗਈ, ਥੋੜ੍ਹਾ ਮਨ ਹੋਰ ਹੋ ਜਾਂਦਾ ਵਾ। ਪੁੱਛ ਨਹੀਂ ਆ ਪਤਾ ਜਾ ਕੇ ਉਹਨੂੰ ਕੀ ਗੱਲ ਆ। ਚੱਲ ਹਾਂ, ਤੁਰੇ ਰਹੋ ਇੱਕ ਦੂਜੇ ਦੇ ਮਗਰ, ਏਦਾਂ ਹੀ ਮੇਰੀਆਂ ਚੱਲਾ ਕੇ ਦੀਦੀ ਪੋਤਾਂ ਨੂੰ ਸਮਝ ਆਉਣੀ। ਚੱਲ ਵਧੀਆ ਹੋ ਗਿਆ, ਹੋਏ ਆ, ਅਗਲੇ ਕੀ ਕਹਿਣਗੇ ਵੀ ਆਏ ਨਹੀਂ, ਮੈਂ ਤਾਂ ਤਾਂ ਗਿਆ। ਚੱਲ ਚੰਗਾ ਹੋ ਗਿਆ ਤੁਸੀਂ ਗਏ ਸੀਗੇ, ਪਰ ਉੱਥੇ ਸਭ ਕੁਝ ਸਹੀ ਨਹੀਂ ਚੱਲਣ ਡਿਆ। ਕੀ ਆ ਹੁਣ ਆ ਕੀ ਆ, ਤੁਸੀਂ ਉੱਥੋਂ ਹੋ ਕੇ ਆਏ ਜੇ, ਤੁਹਾਨੂੰ ਕੋਈ ਸਮਝ ਨਹੀਂ ਲੱਗੀ ਵੀ ਉੱਥੇ ਕੀ ਬਣ ਡਿਆ ਵਾ? ਉੱਥੇ ਕੀ ਬਣਨਾ ਭਾਜੀ ਹੁਣੀ ਮੇਰੇ ਲਾਗੇ ਬੈਠੇ ਸੀ, ਜੋਬਨ ਹੁਣੀ ਆਣ ਕੇ ਮਿਲੇ ਗਲੇ ਮੈਨੂੰ, ਹੋਰ ਉੱਥੇ ਕੀ ਮੈਂ ਵੇਖਣਾ ਸੀ? ਜੋਬਨ ਹੁਣੀ ਮਿਲੇ ਤਾਂ ਹੈਗੇ ਆ ਨਾ, ਉਹ ਤਿੰਨੇ ਜਾਣੇ ਸ਼ਹਿਰ ਗਏ ਸੀ, ਤੁਹਾਡੀ ਕੁੜੀ ਨੂੰ ਨਾਲ ਨਹੀਂ ਲੈ ਕੇ ਗਏ। ਤੁਸੀਂ ਮਾਰਦੇ ਚਲਾਕੀਆਂ, ਤੋਂ ਚਲਾਕੀਆਂ ਗਾੜੀ ਆ ਜਾਂਦੀਆਂ, ਉਹ ਸਾਰਾ ਟੱਬਰ ਇੱਥੋਂ ਪਿੱਛੇ ਹੁੰਦਾ ਜਾਣ ਡਿਆ ਵਾ। ਓਏ ਉਹਨਾਂ ਦੇ ਤਾਂ ਨਹੀਂ ਖੜਿਆ ਹੋਣਾ ਵੀ ਉਹ ਬੋਲਦੀ ਬਲਦੀ ਨਹੀਂ ਹੈ, ਅਤੇ ਚੱਲ ਉਹ ਡਾਕਟਰ ਨੇ ਮਨਾ ਕੀਤਾ ਹੋਊਗਾ, ਉਦੋਂ ਨਾਲ ਹੀ ਰਹਿੰਦੇ ਉਹ। ਚੰਗਾ, ਤੁਹਾਨੂੰ ਥੋੜ੍ਹੇ ਟਾਈਮ ਤੱਕ ਲੱਗ ਜੂਗਾ ਪਤਾ ਨਾਲ ਕੀ ਰਹਿੰਦੇ ਆ। ਜੇ ਸ਼ਹਿਰ ਗਏ ਸੀ ਤਿੰਨ ਜਾਣੇ ਗਏ ਸੀ, ਅਤੇ ਇਹ ਭਾਰੀ ਸੀ ਗੱਡੀ 'ਚ ਬਹਿ ਕੇ ਇਹਨੇ ਜਾਣਾ ਸੀ, ਅਤੇ ਜੇ ਇਹ ਫਿਰ ਤੁਰ ਸਕਦੇ ਤਾਂ ਉਹਦਾ ਵੀ ਜੀ ਕਰਦਾ, ਉਹਨੂੰ ਲੈ ਕੇ ਹੀ ਨਹੀਂ ਗਏ ਨਾਲ। ਉਹ ਨਹੀਂ ਨਹੀਂ ਰਮਨ, ਤੂੰ ਹੀ ਇੱਦਾਂ ਦਾ ਸੋਚਣ ਡੀ, ਇੱਦਾਂ ਦੀ ਗੱਲ ਨਹੀਂ ਆ ਕੋਈ ਵੀ, ਉਹਨੇ ਮਨਾ ਕਰਤਾ ਹੋਊਗਾ ਵੀ ਮੈਂ ਨਹੀਂ ਜਾਣਾ। ਤੁਹਾਨੂੰ ਮੇਰੀ ਗੱਲ 'ਤੇ ਯਕੀਨ ਹਮੇਸ਼ਾ ਨਹੀਂ ਆਉਂਦਾ ਹੁੰਦਾ, ਪਰ ਥੋੜ੍ਹੇ ਟਾਈਮ ਤੱਕ ਤੁਹਾਨੂੰ ਲੱਗ ਜੂਗਾ ਪਤਾ ਵੀ ਕੀ ਬਣਨਾ ਵਾ ਉੱਥੇ, ਵੇਖ ਲਿਓ। ਅਤੇ ਮੈਂ ਕਿਸੇ ਗੱਲ 'ਚ ਨਹੀਂ ਜਾਣਾ, ਤੁਸੀਂ ਜਾਣੋ ਤਾਂ ਤੁਹਾਡੀ ਧੀ ਜਾਣੇ, ਜੋ ਤੁਸੀਂ ਕਰਦੇ ਫਿਰਦੇ ਜੇ। ਉਹ ਮੇਰੀ ਗੱਲ ਸੁਣ, ਇਹੋ ਜਿਹੀ ਇੱਥੇ ਕੋਈ ਗੱਲ ਨਹੀਂ ਆ, ਮੈਂ ਵੀ ਤਾਂ ਉੱਥੋਂ ਹੀ ਆਇਆ ਵਾਂ। ਕੋਈ ਗੱਲ ਨਹੀਂ, ਮੈਂ ਤੁਹਾਨੂੰ ਦੱਸਦਾ ਨਾ ਵੀ ਨਹੀਂ ਗੱਲ ਤਾਂ ਲੱਗ ਜੂ ਪਤਾ ਗੱਲ ਦਾ ਤੁਹਾਨੂੰ ਛੇਤੀ। ਮੈਂ ਕੰਮ ਧੰਦਾ ਕਰਾਂ ਕੋਈ, ਉਦਾਂ ਹੀ ਖਿਲਾਰਾ ਪਿਆ ਸਵੇਰੇ ਹੱਥ ਚੁੱਕੀ, ਚੱਲੀਏ ਚੱਲੀਏ ਚੱਲੀਏ। ਤੇ ਜਾਣਾ ਨਹੀਂ ਆਪਣੀ ਧੀ ਭੈਣ ਕੋਲ ਜਾਈਦਾ ਨਹੀਂ? ਆਹੋ ਜਾਣਾ ਸੀ ਕਿ ਹੋ ਆਏ ਨਾ, ਹੁਣ ਠੰਡ ਪੈ ਗਈ, 10 ਦਿਨ ਨਹੀਂ ਲੰਘਣੇ, ਫਿਰ ਕਹਿਣਾ ਉੱਥੇ ਚੱਲੀਏ, ਇੰਨੀਆਂ ਹੀ ਬਾਹਾਂ ਆਕੜੀਆਂ ਵਾ ਧੀ ਤੋਂ ਬਿਨਾਂ। ਮੈਨੂੰ ਤਾਂ ਇਹ ਜਨਾਨੀ ਦੀ ਸਮਝ ਨਹੀਂ ਆਉਂਦੀ ਤੇ ਦੱਸ, ਹੁਣ ਧੀ ਭੈਣ ਆ ਤੇ ਉਹਦੇ ਮਗਰ ਜਾਣਾ ਹੀ ਨਹੀਂ ਆ, ਅਗਲੇ ਕੀ ਕਹਿਣਗੇ ਵੀ ਵਿਆਹ ਕਰਕੇ ਮੁੜ ਕੇ ਆਏ ਹੀ ਨਹੀਂ ਉਹ।